ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਜੇਕਰ ਤੁਹਾਡੇ ਘਰੇ ਵੀ ਹੈ ਪਿਟਬੁਲ ਡੌਗ ਤਾਂ ਇਹ ਖਬਰ ਤੁਹਾਨੂੰ ਸਾਵਧਾਨ ਕਰ ਸਕਦੀ ਹੈ। ਤੁਸੀਂ ਆਪਣੇ ਪੈਟ ਦੀ ਜ਼ਿੰਮੇਵਾਰੀ ਚੱਕਣੀ ਜ਼ਰੂਰੀ ਸਮਝੋ, ਕਿਉਂਕਿ ਜ਼ਰਾ ਜ਼ੀ ਲਾਪਰਵਾਹੀ ਕਿਸੇ ਨੂੰ ਹਸਪਤਾਲ ਪਹੁੰਚਾ ਸਕਦੀ ਹੈ। ਇਹ ਤਸਵੀਰਾਂ ਨੇ ਜਲੰਧਰ ਦੇ ਕਾਨਪੁਰ ਦੀ ਰਹਿਣ ਵਾਲੀ ਮਾਇਆ ਦੇਵੀ ਦੀਆਂ। ਦਰਅਸਲ ਇਸ ਦੇ ਗੁਆਂਢ ਦੇ ਵਿੱਚ ਕਿਸੇ ਨੇ ਪਿਟਬੁਲ ਨਸਲ ਦਾ ਡੌਗ ਰੱਖਿਆ ਹੋਇਆ ਸੀ, ਬਟ ਉਸਦੀ ਨਿਗਰਾਨੀ ਵੀ ਰੱਖਣੀ ਜ਼ਰੂਰੀ ਹੁੰਦੀ ਹੈ। ਜੇਕਰ ਇਹਨਾਂ ਦੀ ਮੰਨੀਏ ਤਾਂ ਪਿਟਬੁਲ ਨੂੰ ਖੁੱਲ੍ਹਾ ਬਾਹਰ ਸੜਕ 'ਤੇ ਛੱਡਿਆ ਹੋਇਆ ਸੀ। ਇਸ ਦੌਰਾਨ ਇਹ ਮਹਿਲਾ ਬਾਹਰ ਗਈ ਤਾਂ ਪਿਟਬੁਲ ਇਹਨਾਂ ਦੇ ਉੱਤੇ ਟੁੱਟ ਕੇ ਪੈ ਗਿਆ, ਅਤੇ ਇਸ ਤੋਂ ਬਾਅਦ ਜੋ ਹਾਲਾਤ ਹੋਏ ਉਹ ਹੈਰਾਨ ਕਰਨ ਵਾਲੇ ਸੀ। ਇਹਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਹਿਲਾ ਦੇ ਬਿਆਨ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ। ਪੁਲਿਸ ਦੇ ਮੁਤਾਬਕ ਫਿਲਹਾਲ ਡਾਕਟਰਾਂ ਨੇ ਇਹੀ ਸਲਾਹ ਦਿੱਤੀ ਹੈ ਕਿ ਆਉਣ ਵਾਲੇ 10 ਦਿਨਾਂ ਤੱਕ ਪਿਟਬੁਲ ਦੇ ਉੱਤੇ ਨਜ਼ਰ ਰੱਖੀ ਜਾਵੇ, ਕਿਉਂਕਿ ਆਉਣ ਵਾਲੇ 10 ਦਿਨਾਂ ਤੱਕ ਉਸਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਸ ਮਹਿਲਾ ਦੀ ਜ਼ਿੰਦਗੀ ਨੂੰ ਵੀ ਖਤਰਾ ਹੋ ਸਕਦਾ। ਤੁਸੀਂ ਆਪ ਹੀ ਸੁਣੋ ਕੀ ਕਿਹਾ ਮਹਿਲਾ ਨੇ, ਉਸ ਤੋਂ ਬਾਅਦ ਸੁਣੋ ਪੁਲਿਸ ਕੀ ਕਾਰਵਾਈ ਕਰ ਰਹੀ ਹੈ। ਹਾਂਜੀ ਹਾਂਜੀ, ਕੀ ਗੱਲਬਾਤ ਹੋਈ ਸੀਗੀ? ਸਰ, ਉੱਧਰ ਕੂੜਾ ਕਟਰ ਲੈ ਕੇ ਗਏ ਸੀਗੇ, ਇੱਕ ਪਿੱਛੇ ਸਾਡੀ ਚਾਦਰ ਡਿੱਗੀ ਸੀ ਪਲਾਟ ਵਿੱਚ, ਅਸੀਂ ਉਹ ਚੱਕਣ ਗਏ ਸੀ, ਅਤੇ ਉਸ ਤੋਂ ਬਾਅਦ ਅਸੀਂ ਵਾਪਸ ਆਉਣ ਲੱਗੇ ਸਿੱਟ ਕੇ, ਤਾਂ ਮੇਰੇ ਨਾਲ ਛੋਟੀ ਬੇਟੀ ਸੀ ਉਹਦੇ ਕੋਲ, ਅਸੀਂ ਪੱਲੀ ਧਾਤੀ ਫੜੀ ਹੋ ਅਸੀਂ ਗਏ ਸੀ, ਤਾਂ ਫਿਰ ਜਦੋਂ ਅਸੀਂ ਵਾਪਸ ਆਉਣ ਲੱਗੇ ਤਾਂ ਕੁੱਤਾ ਭੱਜਿਆ ਹੀ ਆਇਆ ਸਾਨੂੰ ਢਾ ਲਿਆ, ਅਤੇ ਉਹ ਕੁੜੀ ਨੇ ਵੀ ਬਹੁਤ ਚੀਕਾਂ ਨਾਰੇ ਮਾਰੇ, ਮੈਂ ਵੀ ਮਾਰੇ, ਕੋਈ ਉੱਧਰ ਸੁਣਦਾ ਨਹੀਂ ਸੀ ਆਵਾਜ਼। ਤਾਂ ਜਦੋਂ ਫਿਰ ਸਾਰੇ ਆ ਗਏ, ਮੇਰਾ ਬੇਟਾ ਵੀ ਆ ਗਿਆ, ਸਾਡੀ ਵਹੁਟੀ ਵੀ, ਮੇਰੀ ਦਰਾਣੀ ਵੀ ਆ ਗਈ, ਨੱਟ ਕੇ ਫਿਰ ਉਹਨਾਂ ਦਾ ਮੁੰਡਾ ਆਇਆ, ਉਹਨੇ ਫਿਰ ਗਲੋਂ ਫੜਿਆ। ਅਤੇ ਜਿਹੜਾ ਕੁੱਤਾ ਸੀਗਾ ਖੁੱਲ੍ਹੇ ਘੁੰਮ ਰਿਹਾ ਸੀਗਾ ਜਾਂ ਕਿੱਦਾਂ? ਨਹੀਂ, ਉਹ ਖੁੱਲ੍ਹਾ ਛੱਡਿਆ ਸੀਗਾ, ਇਹਨਾਂ ਨੇ ਗੇਟੋਂ ਬਾਹਰ ਆਇਆ ਸੀਗਾ। ਅਤੇ ਇਹ ਮਤਲਬ ਤੁਹਾਡੇ ਨਾਲ ਹੋਰ ਵੀ ਕੋਈ ਸੀਗਾ? ਹੋਰ ਤਾਂ ਨਹੀਂ ਕਿਸੇ ਦੇ ਸੱਟ ਸੁੱਟ ਲੱਗੀ? ਨਹੀਂ, ਉਹ ਬੇਟੀ ਦੇ ਨਹੀਂ ਲੱਗੀ ਹੈਗੀ, ਮੇਰੇ ਮੈਨੂੰ ਹੀ ਜਾਣੀ ਕਿ ਢਾਉਂਦਾ ਹੈਗਾ, ਬਾਹਾਂ ਨੂੰ ਮੇਰੇ ਗੱਚ ਵੱਢੀ ਜਾਂਦਾ ਹੈਗਾ। ਤੁਹਾਨੂੰ ਕਿੱਥੇ ਕਿੱਥੇ ਉਹਨੇ ਵੱਢਿਆ ਜੀ? ਆਹ ਸਾਰੀਆਂ ਬਾਹਾਂ ਅਤੇ ਮੇਰਾ ਪੈਰ ਆ, ਬਾਕੀ ਪੰਜੇ ਪੁੰਜੇ ਲਾਇਆ, ਮੂੰਹ 'ਤੇ ਵੀ ਸੀ ਪੰਜੇ ਜਿਹਾ, ਉਹ ਪੱਟੀ ਅੱਜ ਲਾ ਦਿੱਤੀ ਆ। ਇਹ ਕੁੱਤਾ ਹੈ ਕਿਹਨਾਂ ਦਾ ਸੀਗਾ ਜੀ? ਸਾਡੇ ਪਿੱਛੇ ਗਵਾਂਢੀ ਆ, ਪਰਮਜੀਤ ਪੰਮੀ ਸਾਦੇ ਆ ਨੂੰ। ਹਾਂਜੀ, ਐਂਟੀਮਿਸ਼ਨ ਮਿਲੀ ਸੀ ਆਪਣੇ ਜਨਤਾ ਹੋਸਪਿਟਲ ਤੋਂ, ਚੈੱਟ ਆਈ ਸੀ ਡਾਕਟਰੀ, ਅਤੇ ਮੈਂ ਗਿਆ ਸੀ ਜਨਤਾ ਹੋਸਪਿਟਲ, ਜਿਹੜੀ ਲੇਡੀਜ਼ ਨੂੰ ਪੜਿਆ ਮਾਇਆ ਦੇਵੀ, ਉਹਨਾਂ ਨਾਲ ਗੱਲਬਾਤ ਕੀਤੀ, ਜ਼ਿਆਦਾ ਨਹੀਂ ਕੀਤੀ, ਡਾਕਟਰ ਸਾਹਿਬ ਨੇ ਉਹਨਾਂ ਨੂੰ ਬਿਆਨ ਦੇਣ ਦੇ ਅਨਫਿਟ ਲਿਖਿਆ, ਮੌਕਾ ਦੇਖਿਆ ਮੇਰੇ ਕੋਲੋਂ, ਅਤੇ ਮੌਕੇ 'ਤੇ ਅਜੇ ਕੋਈ ਕਾਰਵਾਈ ਜੀ ਨਹੀਂ ਕਰਵਾਉਣਾ ਚਾਹੁੰਦੇ। ਸਰ, ਜਿੱਦਾਂ ਕਿ ਹੁਣੇ ਮੈਂ ਦੇਖ ਕੇ ਆਇਆ ਵਾਂ, ਉਹ ਲੇਡੀ ਦਾ ਕਾਫੀ ਹੱਦ ਤੱਕ ਉਹਨੂੰ ਫੱਟੜ ਕੀਤਾ ਕੁੱਤੇ ਨੇ, ਨਾ ਵੱਢਿਆ ਹੈਗਾ, ਅਤੇ ਉਹਦੇ ਬਾਰੇ ਤੁਸੀਂ ਜਿਸ ਤਰ੍ਹਾਂ ਕੁੱਤੇ ਦਾ ਕੀ ਕੀਤਾ ਹੈਗਾ, ਕੁੱਤੇ ਦੇ ਜਿਹੜੇ ਮਤਲਬ ਘਰ ਦੇ ਸੀਗੇ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਉਹਨਾਂ ਨੂੰ ਉਹਨਾਂ 'ਤੇ ਕੀ ਕਾਰਵਾਈ ਕਰਦੇ ਆ ਬਣਦੀ? ਹਾਂਜੀ, ਜੋ ਅਕੋਰਡਿੰਗ ਟੂ ਲਾ ਆ ਉਹ ਬਣ ਕਾਰਵਾਈ ਕੀਤੀ ਜਾਊਗੀ, ਵਾਰਸ ਜਦੋਂ ਆਪਣਾ ਬਿਆਨ ਲਿਖਾਉਣਗੇ। ਅਤੇ ਸਰ, ਉਹ ਜਿਹੜਾ ਕੁੱਤਾ ਹੈਗਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਕੁੱਤਾ ਇਹ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀਗੀ, ਉਹ ਕਹਿੰਦੇ ਵੀ ਜਿਹੜਾ ਕੁੱਤਾ ਆ ਉਹ ਬਿਲਕੁਲ ਅਜੇ ਆਪਾਂ ਨੂੰ ਮਤਲਬ ਕਿ 10 ਦਿਨ ਨਿਗਰਾਨੀ ਵਿੱਚ ਰੱਖਣਾ ਪੈਣਾ ਜੀ। ਉਹਨਾਂ ਨੂੰ ਮੈਂ ਪਤਾ ਕੀਤਾ ਸੀ ਵੈਸੇ ਵੀ ਇਹਦੇ ਜਿਹੜੇ ਇੰਜੈਕਸ਼ਨ ਵਗੈਰਾ ਲਾਏ ਹੋਏ ਹੈ ਕਿ ਨਹੀਂ, ਜਿਹੜੇ ਲੱਗਦੇ ਆ, ਉਹ ਕਹਿੰਦੇ ਇੰਜੈਕਸ਼ਨ ਲਾਏ ਹੋਏ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਹੀ ਨਾ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਨ ਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950